ਲੁਧਿਆਣਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਹਦੇ ਵਿੱਚ ਕੈਮਿਸਟ ਨੂੰ ਆ ਰਹੀ ਪਰੇਸ਼ਾਨੀ ਦੇ ਬਾਰੇ ਵਿਚਾਰ ਕੀਤਾ ਗਿਆ ਅਤੇ ਆਪਣੀ ਦੁਕਾਨਾਂ ਬੰਦ ਰੱਖ ਚਾਬੀਆਂ ਪ੍ਰਸ਼ਾਸਨ ਨੂੰ ਸੌਂਪਣ ਦੀ ਗੱਲ ਕੀਤੀ ਗਈ। ਇਸ ਦੌਰਾਨ ਪ੍ਰਧਾਨ GS ਚਾਵਲਾ ਨੇ ਕਿਹਾ ਕਿ ਪ੍ਰਸ਼ਾਸਨ ਦੀ ਔਰ ਤੋਂ ਲਗਾਤਾਰ ਮੈਡੀਕਲ ਸਟੋਰ 'ਤੇ ਰੇਡ ਮਾਰ ਕੇ ਉਹਨਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਕਿਹਾ ਕਿ ਨਸ਼ਾ ਮੈਡੀਕਲ ਸਟੋਰਾਂ 'ਤੇ ਨਹੀਂ, ਨਸ਼ੇ ਦੇ ਵਪਾਰੀਆਂ ਕੋਲ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਜਦ ਤੱਕ ਸਰਕਾਰ ਪੰਜਾਬ ਤੋਂ ਪੂਰੀ ਤਰ੍ਹਾਂ ਨਸ਼ਾ ਨਹੀਂ ਖਤਮ ਕਰਦੀ, ਉਦੋਂ ਤੱਕ ਸਾਰੇ ਮੈਡੀਕਲ ਸਟੋਰਸ ਬੰਦ ਰਹਿਣਗੇ। ਮੰਗਾਂ ਸਾਡੀਆਂ ਇਹੀ ਹੈ ਵੀ ਵੱਡੇ ਮਗਰਮੱਛ ਨੂੰ ਫੜਿਆ ਜਾਵੇ ਅਤੇ ਜੋ ਚਿੱਟਾ ਹੈ ਉਹ ਵੇਚਣਾ ਰੋਕਿਆ ਜਾਵੇ। ਤੁਸੀਂ ਸਰਿੰਜਾ ਬੰਦ ਕਰਦੀ ਆ ਅਤੇ ਚਿੱਟਾ ਤਾਂ ਤੁਸੀਂ ਬੰਦ ਨਹੀਂ ਕਰ ਪਾ ਰਹੇ ਅਤੇ ਫਿਰ ਕਿੱਦਾਂ ਚੱਲੇਗਾ? ਇਹ ਤਾਂ ਤੁਸੀਂ ਉਹ ਕਰਤਾ ਵੀ ਬੰਬ 'ਚ ਇੱਕ ਪਿੰਨ ਕੱਢਤੀ ਹੋਈ ਹੈ ਵੀ ਉਹ ਕਦੀ ਫੜ ਸਕਦਾ? ਉਹ ਜਿਹੜਾ ਬੰਬ ਹੈ ਉਹ ਏਡਸ ਦਾ, ਹੈਪੇਟਾਈਟਿਸ ਸੀ ਦਾ, ਉਹ ਹੋ ਗਿਆ ਅਤੇ ਸਾਰਿਆਂ ਨੇ ਇਲਾ ਕੈਮਿਸਟਾਂ ਨੇ ਸੁੱਟਤਾ। ਗਵਰਨਮੈਂਟ ਨੂੰ ਕਿਹਾ ਕਿ ਜਿਹੜੀ ਸਾਡੇ 'ਤੇ ਵਧੀਕੀਆਂ ਹੋ ਰਹੀਆਂ ਨੇ ਜਾਂ ਉਹਨਾਂ ਨੂੰ ਇਮੀਡੀਏਟ ਬੰਦ ਕੀਤਾ ਜਾਏ ਜਾਂ ਸੋਮਵਾਰ ਤੋਂ ਸਾਡੇ ਸਾਰੇ ਲੁਧਿਆਣਾ ਡਿਸਟ੍ਰਿਕਟ ਦੇ ਕੈਮਿਸਟ ਇਨਡੈਫੀਨੇਟ ਸਟਾਈਕ 'ਤੇ ਚਲੇ ਜਾਣਗੇ ਔਰ ਜਿਹੜੀਆਂ ਦੁਕਾਨਾਂ ਦੀ ਚਾਬੀਆਂ ਨੇ ਲੁਧਿਆਣਿਆਂ ਦੀਆਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਤੇ ਬਾਕੀ ਜਿਹੜੀ ਤਹਿਸੀਲਾਂ ਦੀ ਚਾਬੀਆਂ ਨੇ ਉੱਥੇ ਕੰਸਰਨ SDM ਸਾਹਿਬ ਨੂੰ ਦਿੱਤੀਆਂ ਜਾਣਗੀਆਂ। ਜਦ ਨਸ਼ਾ ਮੁਕਤ ਪੰਜਾਬ ਹੋ ਜਾਏਗਾ ਅਸੀਂ ਆਪਣੀ ਚਾਬੀਆਂ ਵਾਪਸ ਲੈ ਲਾਂਗੇ, ਅਸੀਂ ਤਾਂ ਆਪਣੀ ਦੁਕਾਨਦਾਰੀ ਸ਼ੁਰੂ। ਮੰਗਾਂ ਸਾਡੀਆਂ ਇਹੀ ਨੇ ਕਿ ਅਸੀਂ ਵੈਲਿਡ ਲਾਇਸੈਂਸ 'ਤੇ ਕੰਮ ਕਰਦੇ ਹਾਂ, ਅੰਡਰ ਡਰੱਗ ਐਂਡ ਕੋਸਮੈਟਿਕ ਐਕਟ 'ਤੇ ਕੰਮ ਕਰਦੇ ਹਾਂ ਅਤੇ ਸਾਡੇ 'ਤੇ ਜਿਹੜੇ 2-3 ਡਿਪਾਰਟਮੈਂਟ ਅਨਸੈਸਰੀ ਥੋਪੇ ਗਏ ਨੇ ਉਹਨਾਂ ਦੀ ਸਾਡੇ 'ਤੇ ਕਾਰਵਾਈ ਬੰਦ ਕੀਤੀ ਜਾਏ ਔਰ ਜਿਹੜੇ ਸਾਡੇ ਬੰਦੇ ਕਸੂਰਵਾਰ ਨੇ ਉਹਨਾਂ 'ਤੇ ਬੇਮਤਲਬ ਜੋ ਵੀ ਕਾਰਵਾਈ ਕਰੋਗੇ ਸਾਨੂੰ ਕਿਤੇ ਕੋਈ ਪ੍ਰੋਬਲਮ ਨਹੀਂ। ਲੁਧਿਆਣਾ ਤੋਂ ਬਿਊਰੋ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।